ਠੀਕ ਹੈ, ਜੋ ਠੀਕ ਤੁਸੀਂ ਦਾ ਹਾਰਟ ਵਨ ਨੂੰ ਲੈ ਕੇ ਜਾਓਗੇ ਨਾ, ਫਿਰ ਉਹ ਇੱਥੇ ਟਿਕਣੀ ਆ, ਫਿਰ ਮਿਡਲ ਵਿੱਚ ਹੁੰਦਾ ਨਾ ਤੁਹਾਡੇ, ਕਹਿੰਦੇ ਨਹੀਂ ਜਿਹੜਾ ਬੈਲੈਂਸ ਹੁੰਦਾ ਆ ਫਿਰ, ਕਿਉਂਕਿ ਜਿਹੜਾ ਉੱਪਰ ਜਾਣੀ ਨਾ ਉਹਨੂੰ ਚੀਨੇ ਥੱਲੇ ਆ ਕੇ ਬੈਲੈਂਸ ਕਰਨਾ ਇੱਥੇ, ਜਿਹੜਾ ਸਾਡਾ ਪਾਈਨਲ ਗਲੈਂਡ ਆ ਨਾ ਉਹ ਫਿਰ ਜਦੋਂ ਜਦੋਂ ਤੁਸੀਂ ਇੱਕਦਮ ਇੱਧਰ ਧਿਆਨ ਨਹੀਂ ਦਿੰਦੇ ਨਾ, ਇੱਕਦਮ ਫਿਰ ਪਾਈਨਲ ਗਲੈਂਡ ਵੱਲ ਨੂੰ ਜਾਂਦੀ ਆ ਚੀਜ਼, ਉਹਦੇ ਕਰਕੇ ਸਾਨੂੰ ਇੱਦਾਂ ਲੱਗਦਾ ਪਤਾ ਨਹੀਂ ਵਿੱਚੋਂ ਨਿਕਲ ਕੇ ਕਿੱਧਰ ਨੂੰ ਚੱਲ ਜਾਣੀ ਚੀਜ਼ ਨਾ, ਇੱਦਾਂ ਹੋ ਜਾਂਦਾ, ਹਾਂਜੀ ਹੋਰ ਨਹੀਂ ਕੁਛ ਵੀ ਗੱਲ। ਹਾਂਜੀ, ਆ ਜਿਵੇਂ ਪਿੱਠ ਤੇ ਵੀ ਵੀਰ ਜੀ ਕੁਛ ਤਾਂ ਨੂੰ ਚੜਦਾ ਹੁੰਦਾ ਜਿਵੇਂ। ਜੀ, ਹਾਂਜੀ, ਉਹ ਇਹਦੇ ਨਾਲ ਰਿਲੇਟਡ ਆ, ਉਹ ਉਹਦਾ ਨਾ ਤੁਸੀਂ ਫਿਕਰ ਕਰੋ, ਹੈ ਨਾ, ਤੁਸੀਂ ਆਹ ਠੀਕ ਜਿਹੜਾ ਟੈਟ ਦਾ ਨਾ ਇਹਦਾ ਤੁਸੀਂ ਤੁਹਾਨੂੰ ਫਿਕਰ ਕਰਨਾ ਪੈਣਾ, ਕਿਉਂਕਿ ਕੁਝ ਜਦੋਂ ਆਪਾਂ ਨਾ ਕਿਸੇ ਵੇਲੇ ਨਹੀਂ ਸਹੀ ਤਰੀਕੇ ਨਾਲ ਕਰਦੇ ਫਿਰ ਹਾਰਟ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮ ਫਿਰ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ, ਅਤੇ ਠੀਕ ਫਿਰ ਇਲਊਜਨ ਵਿੱਚ ਅਸੀਂ ਚੱਲ ਜਾਂਦੇ ਕਿਸੇ ਵੇਲੇ, ਜਦੋਂ ਅਸੀਂ ਇਲਊਜਨ ਵਿੱਚ ਚੱਲ ਜਾਂਦੇ ਫਿਰ ਅਸੀਂ ਹੋਰ ਇੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਜਿਹੜੀਆਂ ਹੁੰਦੀਆਂ ਵੀ ਨਹੀਂ ਹੈਗੀਆਂ, ਹਾਂਜੀ ਸਾਨੂੰ ਇੱਦਾਂ ਦੇ ਲੱਗਣ ਲੱਗ ਪੈਂਦਾ ਪਤਾ ਨਹੀਂ ਅਸੀਂ ਕਿੱਥੇ ਪਹੁੰਚ ਗਏ ਨਾ, ਇੱਦਾਂ ਹੋ ਜਾਂਦਾ, ਤਾਂ ਇਹਦੇ ਤੋਂ ਅਸੀਂ ਬਚਣਾ ਇਲਊਜਨ ਤੋਂ, ਅਸੀਂ ਉਸ ਜਦੋਂ ਧੁਰਾ ਬਣਾ ਲੈਣਾ ਇੱਕ ਚੀਜ਼ ਨੂੰ, ਅਸੀਂ ਜਦੋਂ ਕਰਦੇ ਨਾ ਵਾਹਿਗੁਰੂ ਵਾਹਿਗੁਰੂ ਵਾਹਿ, ਧੁਰਾ ਬਣਾ ਲੈਣਾ ਇੱਕ ਚੀਜ਼ ਨੂੰ, ਵਾਹਿਗੁਰੂ ਨੇ ਇਸ ਧੁਰਾ ਬਣਾਇਆ, ਅਸੀਂ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਹਾਂ, ਹੈ ਨਾ, ਉਸ ਅਸੀਂ ਅਕਾਲ ਵਿੱਚ ਚੱਲ ਜਾਂਦੇ ਫਿਰ, ਹੈ ਨਾ, ਅਤੇ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ, ਫਿਰ ਜਦੋਂ ਅਸੀਂ ਬਾਹਰ ਨੂੰ ਜਾਂਦੇ ਹਾਂ ਜਦੋਂ, ਹੈ ਨਾ, ਫਿਰ ਸਾਨੂੰ ਪਤਾ ਆ ਜਦੋਂ ਸਾਡਾ ਮਨ ਹੋਰ ਕਿਸੇ ਜਾਂਦਾ ਹੈ ਨਾ, ਫਿਰ ਸਾਨੂੰ ਪਤਾ ਆ ਜਿਹੜੀ ਧੁੰਨ ਆ ਉਹ ਇੱਥੇ ਗੂੰਜ ਰਹੀ ਆ, ਉਹ ਮਨ ਨੇ ਆਪਣੇ ਆਪ ਫਿਰ ਟਿਕਣਾ ਸ਼ੁਰੂ ਹੋ ਜਾਂਦਾ ਆ, ਇੱਦਾਂ ਫਿਰ ਅਸੀਂ ਫੋ ਕਰਨਾ ਸ਼ੁਰੂ ਕਰਦੇ ਹਾਂ ਹੌਲੀ ਹੌਲੀ ਹੌਲੀ, ਅਤੇ ਫਿਰ ਜਦੋਂ ਪਾਈਨਲ ਗਲੈਂਡ ਦਾ ਸਾਨੂੰ ਪਤਾ ਲੱਗ ਜਾਂਦਾ ਜਾਗਣਾ ਆ, ਤੁਸੀਂ ਜਦੋਂ ਕਹਿਣਾ ਆ ਇੱਕ ਓਂਕਾਰ, ਤੁਹਾਡੇ ਆਹ ਜਿਹੜੇ ਜੜੇ ਨਾ ਇਹ ਵਾਈਬ੍ਰੇਸ਼ਨ ਹੋਣੀ ਚਾਹੀਦੀ, ਤੁਹਾਨੂੰ ਪਤਾ ਲੱਗਣਾ ਚਾਹੀਦਾ ਇੱਥੇ ਇੱਥੇ, ਅਤੇ ਤਾਲੂ ਦੇ ਉੱਪਰ ਵੀ ਛੱਤ ਜਿਹੜੀ ਹੁੰਦੀ ਆ ਨਾ ਪਤਾ ਲੱਗਣਾ ਚਾਹੀਦਾ, ਉੱਥੇ ਵੀ ਵਾਈਬ੍ਰੇਸ਼ਨ ਹੋਣੀ ਚਾਹੀਦੀ ਆ, ਜਾਂ ਆਪਾਂ ਕਹਿੰਦੇ ਇੱਕ ਹੁੰਦਾ ਆ ਇਹਨੂੰ ਕਹਿੰਦੇ ਇੱਦਾਂ ਸਾਊਂਡ ਹੁੰਦਾ ਨਾ, ਇਹ ਆਪਾਂ ਉੱਪਰਲੀ ਜਿਹੜੀ ਛੱਤ ਆ ਨਾ ਉਹਨੂੰ ਸਾਊਂਡ ਦਿੰਦੇ ਹਾਂ, ਜਿਹਦੇ ਨਾਲ ਕਿ ਆਪਣਾ ਪਾਈਨਲ ਗਲੈਂਡ